ਇੱਕ 32 ਬੋਰ ਦੀ ਪਿਸਤੌਲ ਅਤੇ 4 ਜਿੰਦਾ ਰੋਂਦ ਦੇ ਨਾਲ ਇੱਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜੀ ਹਾਂ, ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਅਤੇ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ। ਨਾਕਾਬੰਦੀ ਦੇ ਦੌਰਾਨ ਜਦ ਪੁਲਿਸ ਨੇ ਰੋਕ ਕੇ ਉਸ ਵਿਅਕਤੀ ਦੀ ਤਲਾਸ਼ੀ ਲਈ ਤਾਂ ਪੁਲਿਸ ਨੂੰ ਵਿਅਕਤੀ ਦੇ ਕੋਲੋਂ 32 ਬੋਰ ਦਾ ਪਿਸਤੌਲ, 4 ਜਿੰਦਾ ਰੋਂਦ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ। ਦੱਸਣਯੋਗ ਹੈ ਕਿ ਜਾਣਕਾਰੀ ਦੇ ਮੁਤਾਬਕ ਦੋਸ਼ੀ ਦੀ ਪਹਿਚਾਣ ਗੋਰਾ ਉਰਫ ਨੋਨੀ ਪੁੱਤਰ ਦਰਸ਼ਨ ਸਿੰਘ ਪਿੰਡ ਲੂੰਬੜ ਦੇ ਵਜੋਂ ਹੋਈ ਹੈ, ਜੋ ਕਿ ਨਜਾਇਜ਼ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਆਦੀ ਹੈ। ਪੁਲਿਸ ਨੇ ਮੌਕੇ ਤੇ ਹੀ ਦੋਸ਼ੀ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਗੋਰਾ ਇਲਸ ਨੰਨੀ ਪੁੱਤਰ ਦਰਸ਼ਨ ਜਿਹੜਾ ਲੁੱਟਣੇ ਤੋਂ ਨਜਾਇਜ਼ ਅਸਲਾ ਹੈ। ਅਸੀਂ ਨਾਕੇ ਦੇ ਨੂੰ ਚੈੱਕ ਕੀਤਾ, ਜਦੋਂ ਸਾਡੇ ਕੋਲ ਨਾਕੇ ਦੇ ਟੱਪਣ ਲੱਗਾ, ਛੱਕ ਦੀ ਬਣਾ ਅਤੇ ਉਹਨਾਂ ਨੇ ਰੋਕਿਆ ਅਤੇ ਪਿੱਛੇ ਭੱਜਿਆ। ਅਸੀਂ ਰੋਕ ਕੇ ਚੈੱਕ ਕੀਤਾ ਅਤੇ ਇਹਦੇ ਕੋਲ ਦੇਸੀ ਪਿਸਤੌਲ, 32 ਬੋਰ ਪਿਸਤੌਲ ਜਿਹੜਾ ਅਤੇ 4 ਜਿੰਦਾ ਰਾਉਂਦ ਮਿਲੇ ਨੇ। ਅਤੇ ਅਗਲੀ ਇਨਵੈਸਟੀਗੇਸ਼ਨ ਪੁੱਛ ਕਿੱਥੇ ਜਾ ਰਹੀ ਹੈ, ਅਗਲੀ ਇਨਵੈਸਟ ਅਗਲੀ ਕਾਰਵਾਈ ਕੀਤੀ ਜਾਏਗੀ ਜੋ ਮਿਲੇਗਾ। ਮੋਟਰਸਾਈਕਲ ਵੀ ਨਾਲ, ਮੋਟਰਸਾਈਕਲ ਵੀ ਨਾਲ ਹੈ। PM 85-75 ਮੋਟਰਸਾਈਕਲ ਹੀਰੋ ਹਾਂਡਾ ਮਿਲਿਆ ਇਹਦੇ ਕੋਲੋਂ, ਬਾਕੀ ਉਹਦੇ ਕਾਗਜ਼ ਪੱਤਰ ਕੋਈ ਨਹੀਂ ਵੇਚੇ ਕਿ ਕੀ। 37,000। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI। ਅਸਲ ਗੁਰੂ ਉਹੀ ਹੈ ਜੋ ਸਮੱਸਿਆ ਦਾ ਸਮਾਧਾਨ ਮਿੰਟਾਂ ਦੇ ਵਿੱਚ ਦੱਸੇ। ਸੋ ਅਜਿਹੇ ਹੀ ਇੰਡੀਆ ਦੇ ਨੰਬਰ 1 ਐਸਟ੍ਰੋਲੋਜਰ ਗੁਰੂ ML ਜੀ ਆ ਗਏ ਨੇ ਤੁਹਾਡੀ ਸੇਵਾ ਦੇ ਵਿੱਚ। ਜੇਕਰ ਤੁਸੀਂ ਕਿਸੇ ਵੀ ਪਰੇਸ਼ਾਨੀ ਤੋਂ ਜੂਝ ਰਹੇ ਹੋ, ਯਾਨੀ ਕਿ ਲਵ ਮੈਰਿਜ, ਪਤੀ ਪਤਨੀ ਦੇ ਵਿੱਚ ਅਣਬਣ, ਪੜ੍ਹਾਈ ਦੇ ਵਿੱਚ ਮਨ ਨਾ ਲੱਗਣਾ, ਹਰ ਸਮੱਸਿਆ ਦੇ ਸਮਾਧਾਨ ਦੇ ਲਈ ਅੱਜ ਹੀ ਸੰਪਰਕ ਕਰੋ ਪੰਡਿਤ ML ਗੁਰੂ ਜੀ ਦੇ ਨਾਲ। ਵਸ਼ੀਕਰਨ ਅਤੇ ਲੋਟਰੀ ਨੰਬਰ ਲਗਾਉਣ ਦੇ ਮਾਹਿਰ ਰਾਜਸਥਾਨ ਦੇ ਨੰਬਰ 1 ਪੰਡਿਤ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ ਅੱਜ ਹੀ ਸੰਪਰਕ ਕਰੋ +91 9887080038 ਤੇ +91 98 870 88038 ਤੇ।